ਨਾ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਆਰਾਖੂ ਆਪਣੀ ਸ਼ਰਨ ਫਬੋਹ ਕਿਰਪਾ ਤਾਰੇ seva kachhu na janu neech mur khare rakho apni sharan prabh muh kirpa tuhare seva kachhu na janu neech mur khare maan karu tudhi upare ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦਪੂਰਤੇ ਤੁਮ ਬਖਸ਼ਨ ਹਾਰੇ ਰਹਾ ਹਮ ਆਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਨ ਦਾਤਾਰੇ ਦਾਸੀ ਸੰਗਤ ਪ੍ਰਭੂ त्याग ਏ ਕਰਮ ਹਮਾਰੇ ਮਨ ਦੇਵੋ ਸਭ ਕਿਛ ਦਇਆ ਤਹਾਰ ਹਮ ਅਕਿਰਤ ਕਨਹਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹੋ ਨਾਨਕ ਸ਼ਰਨ ਦਇਆਲ ਗੁਰ ਲਿਹੁ ਮੁਗਦ ਉਧਾਰੇ ਤੁਜਤੇ ਬਾਹਰ ਕਿਛ ਨਹੀਂ ਭਵ ਕਾਟਨ ਹਾਰੇ ਕਹੋ ਨਾਨਕ ਸ਼ਰਨ ਦਇਆ ਹਾਲ ਗੁਰਿ ਲਿਹੁ ਮੁਗਦ ਉਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਚੁਗਾਟਾਲ ਤਨ ਤਨ ਗੁਰੂ ਰੰਧ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਬਖਸ਼ਿਸ਼ ਸ਼ਾਮ ਸਮੇਂ ਸੰਗਤ ਦੇ ਪੱਲ ਸੇ ਪ੍ਰਾਪਤ ਕੀਤੇ ਨੇ ਸਮਾ ਗੁਰਬਾਣੀ ਵਿਆਖਿਆ ਦਾ ਹੈ ਲੜੀਵਾਰ ਗੁਰਬਚਨ ਵਿਵੇਚਨਾ ਅੰਦਰ ਬਿਲਾਵਤ ਰਾਗ ਚੱਲ ਰਿਹਾ ਹੈ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਨ ਕੀਤੇ ਗਏ ਸੰਦੇਸ਼ ਅਸੀਂ ਵਿਚਾਰਦੇ ਹਾਂ ਇਸ ਪਾਵਨ ਸ਼ਬਦ ਦੀ ਵਿਆਖਿਆ ਹਮੇਸ਼ਾ ਦੀ ਤਰ੍ਹਾਂ ਰਹਾਉ ਦੇ ਬੰਦ ਤੋਂ ਹੀ ਪ੍ਰారంਭ ਕਰ ਰਹੇ ਹਾਂ ਸਬ ਜ਼ਿਕਰ ਕਰਦੇ ਨੇ ਮਾਨ ਕਰੂੰ ਤੁਧਿ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ ਰਹਾਉ ਮਾਨ ਕਰੂੰ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ انسان ਜਦੋਂ ਆਮ ਭਾਸ਼ਾ 'ਚ ਅਸੀਂ ਆਪਣੀ ਭਾਸ਼ਾ 'ਚ ਤਖੱਲਸ ਦੇ ਰੂਪ ਦੇ ਵਿੱਚ ਇੱਕ ਟਾਈਟਲ ਦੇ ਰੂਪ ਵਿੱਚ ਕਹਿੰਨੇ ਆ ਮਨੁੱਖ ਅਕਸਰ ਵਿਵੇਚਨਾ ਹੋਈ ਅਕਸਰ ਦੀ ਅੰਡਰਸਟੈਂਡਿੰਗ ਵਾਸਤੇ ਅਸੀਂ ਨੂੰ ਦੇਖਿਆ ਮਨੁੱਖ ਸ਼ਬਦ ਆਪਣੇ ਆਪ 'ਚ ਦੋ ਸਮਾਸਾਂ ਦੇ ਸਮੇਲ ਲਿਚਾਉਂਦਾ ਹੈ even though we pronounce it as a one word but it's coming with the two uh, you can say different terms one is man second is uk manuk manuk matlab ukala khali ਕੁਝ ਲੱਖਾਂ 'ਚ ਦੌਰੀ ਕਹਿ ਦਿੰਦੇ ਨੇ ਕੁਝ ਲੱਖਾਂ 'ਚ ਕੁੰਡਾ ਕੁਝ ਲੱਖਾਂ 'ਚ ਔਖੜ ਕਹਿ ਦਿੰਦੇ ਨੇ ਇੱਕ ਐਸਾ ਬਰਤਨ ਜਿਹੜਾ ਵਿੱਚੋਂ ਬਿਲਕੁਲ ਖਾਲੀ ਹੁੰਦਾ ਇਨਸਾਨੀ ਦੁਨੀਆ ਦੇ ਵਿੱਚੋਂ ਮਨ ਕੱਢ ਦਿਓ ਪਿੱਛੇ ਕੁਝ ਵੀ ਨਹੀਂ ਮਨੁੱਖ ਮਨ ਕਰਕੇ ਸਭ ਕੁਝ ਹੈ ਮਨ ਕਰਕੇ ਕੋ ਚੰਗਾ ਮਨ ਕਰਕੇ ਕੋ ਬੁਰਾ ਹੈ ਮਨ ਕਰਕੇ ਕੋ ਪੁੰਨੀ ਹੈ ਮਨ ਕਰਕੇ ਕੋ ਪਾਪੀ ਹੈ ਸ਼ਰੀਰ ਕਰਕੇ ਸਭ ਇੱਕੋ ਜਿਹਾ ਨੇ ਸ਼ਰੀਰ ਨਾ ਪਾਪੀ ਕੇ ਨਾ ਪੁੰਨੀ ਆ ਤੇ ਤੇ ਮਨ ਆ ਜਿਹੜਾ ਉਹਨੂੰ ਪਾਪੀ ਤੇ ਪੁੰਨੀ ਬਣਾਉਂਦਾ ਹੈ। ਸ਼ਰੀਰ ਨਾ ਅਪਰਾਧੀ ਐ ਨਾ ਪਰਉਪਕਾਰੀ ਐ ਤੇ ਮਨ ਆ ਜਿਹੜਾ ਉਹਨੂੰ ਅਪਰਾਧੀ ਤੇ ਪਰਉਪਕਾਰੀ ਬਣਾਉਂਦਾ ਹੈ। ਬੰਦਾ ਮੋਸਟਲੀ ਸ਼ਰੀਰ ਦੇ ਤਨ ਤੇ ਹੀ ਸਭ ਸੁਧਾਰ ਕਰਨਾ ਚਾਹੁੰਦਾ ਹੈ। ਮਹਾਰਾਜ ਦੀ ਬਾਣੀ ਕਹਿੰਦੀ ਮਨ ਦੇ ਤਲ ਤੇ ਸੁਧਾਰ ਹੋਏਗਾ। ਲਿਟਰਲੀ ਤੌਰ ਤੇ ਤੁਸੀਂ ਬਚਨ ਪੜ੍ਹਦੇ ਆਂ ਬਾਬਾ ਕਬੀਰ ਜੀ ਦੇ ਮੰਮਾ ਮਨਸਿਓ ਕਾਜ ਹੈ ਮਨ ਸਾਥੀ ਸਿਧ ਹੋਏ ਇਹ ਕਾਜ ਹੀ ਸਾਰਾ ਮੰਨਦਾ ਹੈ ਮਨ ਸੁਧਾਰੇ ਕੁਝ ਹੋਏਗਾ ਅਦਰਵਾਈਜ਼ ਕੁਝ ਨਹੀਂ ਹੋਏਗਾ ਮਨ ਨਹੀਂ ਸੁਧਰੇਗਾ ਬੰਦਾ ਬੰਦੇ ਦਾ ਜੀਵਨ ਬੰਦੇ ਤੇ ਅਮਲ ਬੰਦੇ ਦੇ ਸ਼ਰੀਰਕ ਹਰਕਤ ਹਰਾਰਤ ਕੁਝ ਨਹੀਂ ਸੁਧਰੇਗਾ ਇਹ ਸੁਧਰਨਾ ਇੱਥੋਂ ਹੀ ਸਾਰੇ ਦਾ ਸਾਰ ਸਿਸ ਰੂਪ ਦੇ ਚ ਬਾਤ ਕੀਤੀ ਗਈ ਕਿ ਬੰਦੇ ਮਨ ਦੀ ਦੁਨੀਆ ਨੂੰ ਦੇਖ ਇਵਨ ਜੇ ਹੋਰ ਡੀਪ ਲੈਵਲ ਤੇ ਆ ਜਾਓਗੇ ਤੇ ਕਿਆ ਕਮਾਲਿਆ ਮਹਾਰਾਜ ਦੀ ਬਾਣੀ ਚ ਸ਼ਬਦ ਪੜ੍ਹਦੇ ਆ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿਛ ਕੀਆ ਮਨ ਕੀਆ ਮੁੰਡਾ ਮੁੰਡ ਅਜਾਏ ਭਾਰਤੀਆ ਸਾਊਥ ਈਸ਼ੀਅਨ ਖਿੱਤੇ ਦੇ ਵਿੱਚ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਧਰਮਾਂ ਦੀ ਵੱਖਰੀ ਵੱਖਰੀ ਉੱਥੇ ਇੱਕ ਤਰ੍ਹਾਂ ਦੇ ਨਾਲ ਲੈਬੋਰੀ ਰਹੀ ਵੱਖਰੇ ਵੱਖਰੇ ਸਕੂਲ ਆਫ ਥੋਟ ਉਸ ਲੈਬ ਦੇ ਵਿੱਚ ਪਨਪਦੇ ਰਹੇ ਕੁਝ ਆ ਉੱਥੇ ਸਰਵਾਈਵ ਕਰ ਗਏ ਕੁਝ ਰਹਿ ਗਏ ਕੁਝ ਨਾ ਸਰਵਾਈਵ ਕਰ ਸਕੇ ਜੇ ਆਪਾਂ ਦੇਖੀਏ ਤੇ ਉਹਨਾਂ ਦੇ ਵਿੱਚੋਂ ਕੁਝ ਸਰੇਵੜੇ ਮਤ ਨਿਕਲੇ ਨੇ ਸ਼ਰਾਵਕ ਮਤ ਜਿਹੜੇ ਨੇ ਜਿਵੇਂ ਆ ਬੁੱਧਿਜ਼ਮ ਦਾ ਕੁਝ ਸੰਕਲਪ ਲੈ ਲਓ ਜੈਨਿਜ਼ਮ ਦਾ ਕੁਝ ਸੰਕਲਪ ਲੈ ਲਓ ਬਿਲਕੁਲ ਸਰੇਵੜੇ ਮਤਾਂ ਦੇ ਵਿੱਚ ਅਜੇ ਵੀ ਤੁਹਾਨੂੰ ਉੱਥੇ ਇਹਨਾਂ ਮਤਾਂ ਦੀ ਕੁਝ ਨਾ ਕੁਝ ਰੂਪ ਰੇਖਾ ਮੰਨਣ ਵਾਲੇ ਲੋਕ ਮਿਲ ਜਾਣਗੇ ਅਹਿੰਸਾ ਪਰਮ ਧਰਮੋ ਮਤਲਬ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਨਹੀਂ ਹੋਣੀ ਚਾਹੀਦੀ ਇਵਨ ਵਾਇਲੈਂਸ ਇੱਥੇ ਵੀ ਹੋ ਜਾਂਦੀ ਕਿ ਜੇ ਬੰਦਾ ਸਾਹ ਲਵੇ ਸਿੱਧਾ ਤੇ ਸਾਹ ਦੇ ਜਿਹੜੇ ਹਵਾ ਦੇ ਵਿੱਚ ਬਹੁਤ ਸਾਰੇ ਜ਼ਰਮ ਨੇ ਉਹ ਸਿੱਧੇ ਸਾਹ ਲੈਣ ਨਾਲ ਮਰ ਜਾਂਦੇ ਕੀ ਕੀਤਾ ਜਾਏ ਮੂੰਹ ਤੇ ਪੱਟੀ ਲਾ ਦਿਓ ਤਾਂਕਿ ਸਿੱਧੇ ਤੌਰ ਤੇ ਜ਼ਰਮ ਅੰਦਰ ਨਾ ਜਾਣ ਉਹਨਾਂ ਦੀ ਮੌਤ ਦਾ ਮੈਨੂੰ ਸਿਲਾ ਨਾ ਪੋਗਣਾ ਪਏ ਮੈਂ ਪਾਪ ਨਾ ਕਰਾਂ ਈਵਨ ਪਾਣੀ ਦੇ ਵਿੱਚ ਬਹੁਤ ਸਾਰੇ ਕਿਰਮ ਨੇ ਉਹ ਮਰ ਜਾਣਗੇ ਸੋ ਪਾਣੀ ਨਾ ਪੀਤਾ ਜਾਏ ਪਰ ਸਰਵਾਈਵ ਕਿਵੇਂ ਕਰੇਗਾ ਬੰਦਾ ਗੰਦਲਾ ਪਾਣੀ ਜਿਹੜਾ ਲੋਕਾਂ ਨੇ ਯੂਜ਼ ਕੀਤਾ ਪਾਪ ਪਹਿਤ ਲੋਕਾਂ ਦੇ ਸਿਰ ਪਏ ਪਰ ਮੈਂ ਮੈਂ ਬਚ ਜਾਵਾਂ ਇਸ ਕਰਕੇ ਜਿਸ ਪਾਣੀ ਨਾਲ ਮਾਈਆਂ ਆਟਾ ਗੁੰਨਦੀਆਂ ਕੁਝ ਇਹੋ ਜਿਹਾ ਉਹੋ ਜਿਹਾ ਪਾਣੀ ਮੰਗ ਕੇ ਲੈ ਆਉਣਾ ਉਹ ਪੀ ਲੈਣਾ ਫਿਰ ਕੱਲਾ ਇਹ ਨਹੀਂਗਾ ਆ ਹੱਥਾਂ ਦੇ ਵਿੱਚ ਸੂਤ ਦੇ ਜੂਟ ਦੇ ਬਣੇ ਹੋਏ ਛੋਟੇ-ਛੋਟੇ ਬਰੂਮਸ ਜਿਹੜੇ ਵਿੱਚ ਝਾੜੂ ਹੁੰਦੇ ਨੇ ਉਹ पकड़े ਤੇ ਉਹਦੇ ਨਾਲ ਇਸ ਤਰੀਕੇ ਨਾਲ ਮਿੱਟੀ ਸਾਫ਼ ਕੀਤੀ ਉੱਥੇ ਪੈਰ ਰੱਖਿਆ ਅੱਗੋਂ ਪਿੱਛੇ ਜਾਹੀਂ ਬੈਕਵਰਡ ਟਰਨਾ ਮਤਲਬ ਕਿ ਕਿਤੇ ਕੋਈ ਕੀੜਾ ਮਕੌੜਾ ਮੇਰੇ ਪੈਰ ਥੱਲੇ ਨਾ ਆ ਜਾਵੇ ਇਸ ਰੂਪ ਦੇ ਵਿੱਚ ਸੋ ਕਿਤਨਾ ਕਠਨ ਇੱਕ ਤਰ੍ਹਾਂ ਦੇ ਨਾਲ ਹੀ ਇਹ ਜੀਵਨ ਹੋਏਗਾ ਇਸ ਨੂੰ ਕਰਦਿਆਂ ਹੋਇਆ ਕਹਿਣਾ ਆਖੇ ਅਬ ਦੁੱਖ ਫਿਰ ਸੁਖ ਹੁਣ ਦੁੱਖ ਭੋਗੋ ਫਿਰ ਸੁਖ ਮਿਲੇਗਾ ਮੁਕਤੀ ਮਿਲੇਗੀ ਫਿਰ ਜੇ ਇਤਨੀ ਤਰਦਦ ਵਿੱਚੋਂ ਨੰਗ ਰਿਆ ਬੰਦਾ ਜਿਹੜਾ ਪਾਣੀ ਵੀ ਜਿਹੜਾ ਪੀਣ ਤੋਂ ਪਰਹੇਜ਼ ਕਰਦਾ ਸਾਹ ਵੀ ਲੈਣ ਤੋਂ ਪਰਹੇਜ਼ ਕਰਦਾ ਅਲਟੀਮੇਟਲੀ ਫਿਰ ਉਹ ਨਾ ਆਏਗਾ ਤੇ ਬਿਲਕੁਲ ਵੀ ਨਹੀਂ ਨਾ ਆਇਆ ਤੇ ਪਾਣੀ ਦੇ ਬੜੇ ਜੀਵ ਮਰ ਜਾਣਗੇ ਸ਼ਰੀਰ ਤੇ ਬੜੇ ਜੀ ਮਰ ਜਾਣਗੇ ਸੋ ਇਸ ਤੋਂ ਵੀ ਤਿਆਗ ਕਰਦਾ جے মহারাজ ਕਹਿੰਦੇ ਜੇ ਸੁਰਖ ਜੇ ਸਿਰ ਖੁੱਤੇ ਨਾਵੇਂ ਨਾਹੀਂ ਸਤ ਘਟੇ ਸਿਰਛਾਈ ਵੀ ਨਾਏ ਨਿਵਾਜਾ ਨਾਤੇ ਪੂਜਾ ਨਾਵਨ ਸਦਾ ਸੁਜਾਣੀ ਨਾ ਕਈ ਲੋਕੀ ਨਮਾਜ਼ ਕਰਦੇ ਘੜਤਕੜ ਉਜੂ ਤੇ ਕਰਦੇ ਨਾ ਜਦੋਂ ਨਮਾਜ਼ ਪੜਦੇ ਉਸ ਰੂਪ ਦੇ ਚ ਇਹਨੂੰ ਅਸੀਂ ਪੰਜ ਇਸ਼ਨਾਨਾ ਕਹਿੰਨੇ ਉਹ ਆਪਣੇ ਤਰੀਕੇ ਦਾ ਉਜੂ ਕਰਦੇ ਹੱਥ ਪੈਰ ਧੋਂਦੇ ਨਾਤੇ ਪੂਜਾ ਨਾਣ ਤੋਂ ਬਿਨਾ ਕੋਈ ਪੂਜਾ ਨਾ ਹੁੰਦੀ ਨਾ ਉਹਨਾਂ ਦੇ ਨਾਲ ਬੰਦੇ ਨੂੰ ਵਡਿਆਈ ਮਿਲਦੀ ਸਫਾਈ ਮਿਲਦੀ ਬੰਦਾ ਕਹਿੰਦਾ ਹਾਂ ਪਈ ਨਾਤਾ ਤੋਤਾ ਬੰਦਾ ਆ ਸਾਹਿਬ ਤੇ ਇੱਕ ਧਰਮ ਇਸ ਕਿਸਮ ਦੇ ਨਾਲ ਮੰਨਣ ਲੱਗ ਗਿਆ ਕਹਿੰਦਾ ਨਹੀਂ ਨਹੀਂ ਨਾਣਾ ਹੀ ਨਿਕਾ ਬਿਲਕੁਲ ਸੋ ਪਾਣੀ ਤੋਂ ਵੀ ਪਰਹੇਜ਼ ਹੁਣ ਜੇ ਪਾਣੀ ਤੋਂ ਵੀ ਪਰਹੇਜ਼ ਆ ਤੇ ਸਰੀਰ ਸਰੀਰ ਦੀ ਤੇ ਹਾਲਤ ਇਹ ਹੈ ਮੈਲ ਇਹਨੂੰ ਲੱਗੇਗੀ ਤੇ ਜਿੱਥੇ ਮੈਲ ਲਗਾਤਾਰ ਹੋਏਗੀ ਉੱਥੇ ਚੰਮ ਦੇ ਜੀ ਪੈਦਾ ਹੋਣਗੇ ਜਿਨ੍ਹਾਂ ਨੂੰ ਜੂਆ ਚਿਚੜ ਇਸ ਕਿਸਮ ਦੀਆਂ ਚੀਜ਼ਾਂ ਕਹਿ ਲਓ ਜਿਸ ਹਿੱਸੇ ਦੇ ਸਰੀਰ ਦੇ ਚ ਕੇਸ ਨੇ ਉੱਥੇ ਹੋਰ ਵੀ ਮੁਸ਼ਕਲ ਹੈ ਪਰ ਹੁੰਦਾ ਕਿ ਪਿਆਖਰਕਾਰ ਸਰੀਰ ਤੇ ਦੁੱਖ ਥੋੜਾ ਘਟੇਗਾ ਜਿਰਮ ਘਟ ਪੈਦਾ ਹੋਣਗੇ ਤੇ ਉਹਦੇ ਲਈ ਕੀ ਕੀਤਾ ਜਾਏ ਜਿਹੜੇ ਹਿੱਸੇ ਦੇ ਚ ਖਾਸ ਕਰਕੇ ਜਿਵੇਂ ਸਿਰ ਆ ਸਿਰ ਦੇ ਸਾਰੇ ਦੇ ਸਾਰੇ ਜਿਹੜੇ ਕੇਸ ਨੇ ਇਨਾਂ ਨੂੰ ਜੜੋਂ ਪੱਟਦਾ ਜਾਏ। ਇਦਰੀ ਕਰਨਾ ਕਿ ਜਿਸ ਸ਼ਖਸ ਨੂੰ ਸਰੇਵੜਾ ਬਣਾਇਆ ਜਾਂਦਾ ਉਹਨੂੰ ਬਹੁਤ ਸਾਰਾ ਨਸ਼ਾ ਪਿਆਇਆ ਜਾਂਦਾ ਨਸ਼ਾ ਪਿਆ ਕੇ ਉਹਨੂੰ ਮਧੋਸ਼ ਕੀਤਾ ਜਾਂਦਾ ਮਧੋਸ਼ ਕਰਕੇ ਉਹਦੇ ਸਿਰ ਨੂੰ ਚਾਰ ਬੰਦੇ ਪਕੜ ਕੇ ਗੋਡਿਆਂ ਹੇਠ ਦੱਬ ਲੈਂਦੇ ਆਲੇ ਦੁਆਲੇ ਸਵਾ ਦੀਆਂ ਬੋਲੀਆਂ ਲਾ ਲੈਂਦੇ। ਫਿਰ ਉਹਦੇ ਇੱਕ ਇੱਕ ਦੋ ਦੋ ਕੇਸ ਫੜ ਕੇ ਇਸ ਤਰੀਕੇ ਨਾਲ ਪੱਟ ਕੇ ਵਿੱਚੋਂ ਸਿਰ ਵਿੱਚੋਂ ਕੱਢਦੇ। ਮੁੱਢ ਜੇ 2-4 ਸਿਰ ਦੇ ਵਾਲ ਇਕੱਠੇ ਆ ਗਏ ਤੇ ਉਹਦੇ ਨਾਲ ਕੀ ਹੋਏਗਾ ਖੂਨ ਨਿਕਲੇਗਾ ਤੇ ਖੂਨ ਹੱਥ ਨੂੰ ਲੱਗੇਗਾ ਤੇ ਦੁਬਾਰਾ ਕੇਸਾਂ ਦਾ ਗ੍ਰਿਪ ਨਹੀਂ ਬਣੇਗਾ ਫਿਰ ਸਵਾ ਦੇ ਵਿੱਚ ਹੱਥ ਮਲ ਲੈਣੇ ਗੁਰੂ ਨਾਨਕ ਸਾਹਿਬ ਨੇ ਪੂਰਾ ਸ਼ਬਦ ਲਿਖਿਆ ਆ ਦਿੱਤੇ ਮਹਾਰਾਜ ਕਹਿੰਦੇ ਭੇਡਾਂ ਵਾਂਗੀ ਸਿਰ ਖੋਹਾਂ ਹਨ ਭਰੀਆਂ ਹੱਥ ਸਵਾਹੀ ਜਿਵੇਂ ਭੇਡਾਂ ਦੀ ਉਹਨ ਪੱਟ ਪੱਟ ਕੇ ਲਾਈ ਜਾਂਦੀ ਸੀ ਐਵੇਂ ਉਹਨ ਦੇ ਸਿਰ ਦੇ ਵਾਲ ਖੋਏ ਜਾਂਦੇ ਪਰ ਇਹਨ ਹੱਥ ਸੋਈ ਸਵਾਂਹੜ ਹੱਥ ਪਰ ਪਰ ਕਿਸ ਰੂਪ ਦੇ ਵਿੱਚ ਉਹਦੇ ਚ ਭਾਵੇਂ ਮਧੋਸ਼ ਕੀਤਾ ਬੰਦੇ ਨੂੰ ਭਾਵੇਂ ਪਰ ਫਿਰ ਵੀ ਦਰਦ ਤੇ ਹੋਏਗਾ ਵੇਦਨ ਤੇ ਹੋਏਗਾ ਉਹਨੂੰ ਕੀ ਆ ਜਾਏਗਾ ਅਬ ਦੁੱਖ ਫਿਰ ਸੁਖ ਕੋਈ ਗੱਲ ਨਹੀਂ ਦੁਖੀ ਹੋ ਰਿਆਂ ਦੁੱਖ ਪੋਗਾ ਸੁਖ ਮਿਲੇਗਾ ਮੋਖਸ਼ ਮਿਲੇਗਾ ਤੈਨੂੰ ਭਗਤ ਕਬੀਰ ਜੀ ਨੇ ਕਿਹਾ ਉਹ ਬੰਦੇ ਕੀ ਕਰ ਰਿਹਾ ਹੈ ਸ਼ਰੀਰ ਦਾ ਤੇ ਵਿਚਾਰ ਦਾ ਗੁਨਾਹ ਹੀ ਕੋਈ ਨਹੀਂਗਾ ਇਹਨੂੰ ਕਿਉਂ ਤੰਗ ਕਰ ਰਿਹਾ ਹੈ ਇੰਨੀ ਪੀੜਾ ਇਹਨੂੰ ਦੇ ਰਿਹਾ ਹੈ ਕਿਆ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਆ ਕਿਉਂ ਕੀਤਾ ਜਿਸ ਨੂੰ ਤੰਗ ਕਰਨਾ ਸੀ ਜਿਹਦੀਆਂ ਕਮੀਆਂ ਤੇ ਖਾਮੀਆਂ ਕੱਢਣੀਆਂ ਸੀ ਉਹ ਤੇ ਮਨ ਸੀਗਾ ਉਹਦੇ ਤੇ ਤੇ ਇਮਫਸਾਈਜ਼ ਵੀ ਨਹੀਂ ਕੀਤਾ ਧਿਆਨ ਵੀ ਨਹੀਂ ਦਿੱਤਾ ਤੂੰ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਹੇ ਜੋ ਕਿਛ ਕੀਆ ਮਨ ਕੀਆ ਜੋ ਖੁਰਾਫਾਤ ਕੀਤੀ ਜੋ ਮਿਜ਼ਰੀ ਕ੍ਰੀਏਟ ਕੀਤੀ ਜੋ ਮੈਡਨੈਸ ਲੈ ਕੇ ਆਇਆ ਜੋ ਬਦੀ ਲੈ ਕੇ ਆ ਉਹ ਤੇ ਮਨ ਲੈ ਕੇ ਆਇਆ ਮੁੰਡਾ ਮੁੰਡ ਅਜਾਏ ਮੁੰਡੀ ਸਰੀਰ ਸਿਰ ਸਿਰ ਨੂੰ ਤੇ ਐ ਵੀ ਤੋ ਇਨਾ ਇਨਾ ਤੰਗ ਕੀਤਾ ਹੈ ਸਰੂਪ ਦੇ ਵਿੱਚ ਸੋ ਇਥੇ ਜਾ ਕੇ ਪਤਾ ਲੱਗਦਾ ਮਨ ਦਾ ਸੁਧਾਰ ਜੀਵਨ ਦਾ ਸੁਧਾਰ ਹੈ ਮਨ ਦਾ ਸੁਧਾਰ ਮਨੁੱਖ ਦਾ ਸੁਧਾਰ ਹੈ ਪਰ ਇਹ ਵੀ ਗੱਲ ਸੱਚ ਹੈ ਕਿ ਮਨ ਕਿਸੇ ਸਾਰੇ ਬੇਬਸਾ ਮਨ ਗੇ ਕਿਹਦੀ ਪੇਛ ਚੱਲਦੀ ਮਨ ਤੇ ਰਾਜ ਆ ਮਰਜ਼ੀ ਦਾ ਮਾਲਕ ਹੈ ਉਹ ਤੇ ਜੋ ਚਾਹੇ ਸੋਚੇ ਜੋ ਚਾਹੇ ਕਰੇ ਉਹਦੇ ਤੇ ਕੀ ਦੀ ਕੇ ਪੇਸ਼ ਜਾਂਦੀ ਜੀ ਹੁਣ ਉਸ ਨੂੰ ਕੀ ਕਿਵੇਂ ਕਾਬੂ ਕਰੀਏ ਕਿਉਂਕਿ ਮਨ ਤੇ ਆਪਣੀ ਮਰਜ਼ੀ ਦਾ ਆਪਣੀ ਮਾਲਕ ਰਹੇਗਾ ਫਿਰ ਇੱਥੇ ਸਾਹਿਬ ਬਿਆਨ ਕਰਦੇ ਸਾਨੂੰ ਨਾ ਮਨ ਤੋਂ ਵੱਡੀ ਹਸਤੀ ਦੇ ਨਾਲ ਜੁੜਨਾ ਪਵੇਗਾ ਜਿੱਥੇ ਮਨ ਛੋਟਾ ਹੋ ਜਾਏ ਊਂਠ ਬੜਾ ਉੱਚਾ ਆ ਹਾਥੀ ਬੜਾ ਉੱਚਾ ਆ ਪਰ ਊਂਠ ਤੇ ਹਾਥੀ ਵੀ ਛੋਟੇ ਲੱਗਣ ਲੱਗ ਜਾਂਦੇ ਕਦੋਂ ਜਦੋਂ ਤੁਸੀਂ ਪਹਾੜ ਦੇ ਕੋਲ ਜਾ ਕੇ ਖੜਾ ਕਰ ਦਿੰਦੇ ਉਸ ਨੂੰ ਪਹਾੜ ਦੇ ਸਾਹਮਣੇ ਖੜਾ ਕਰੋਗੇ ਊਠ ਵੀ ਛੋਟਾ ਹੈ ਹਾਥੀ ਵੀ ਛੋਟਾ ਹੈ ਬਾਣੀ ਨੇ ਕਿਹਾ ਜਿਹੜਾ ਮਨ ਹੈ ਨਾ ਇਹ ਕੀ ਹੈ ਮਨ ਤੋਂ ਹੈਬਰ ਹੋਏ ਰਹੋ ਇਹ ਬੜਾ ਵੱਡਾ ਹਾਥੀ ਬਣਿਆ ਬੈਠਾ ਇਹਦਾ ਕੀ ਕੀਤਾ ਜਾਏ ਇਸ ਮਨ ਹਾਥੀ ਨੂੰ ਤੁਸੀਂ ਇੱਕ ਵੱਡੀ ਤਾਕਤ ਦੇ ਸਾਹਮਣੇ ਲੈ ਕੇ ਜਾਓ ਤੇ ਵੱਡੀ ਤਾਕਤ ਗੁਰੂ ਤੇ ਰੱਬ ਹੈ ਇਸ ਮਨ ਨੂੰ ਉਹਦੇ ਨਾਲ ਜੋੜੋ ਉਹਦੇ ਤੇ ਆਸਰਿਤ ਕਰੋ ਜਦੋਂ ਮਨ ਦੀ ਦੁਨੀਆ ਦੇ ਵਿੱਚ ਰੱਬੀ ਅਹਸਾਸियत ਆਉਂਦੀ ਹੈ ਰੱਬ ਦਾ ਨਿਰਮਲ ਭੈ ਆਉਂਦਾ ਆ ਫਿਰ ਮਨ ਵੀ ਬਦਲਦਾ ਆ ਫਿਰ ਮਨ ਦੀ ਦੁਨੀਆ ਵੀ ਤਬਦੀਲ ਹੁੰਦੀ ਹੈ ਕਿਉਂਕਿ ਮਨ ਨੂੰ ਤੇ ਇਹ ਤੇ ਹੈ ਨਹੀਂਗਾ ਕਿ ਤੁਸੀਂ ਲਿਟਰਲੀ ਤੌਰ ਤੇ ਬਿਠਾ ਕੇ ਕੁਝ ਉਹਨੂੰ ਡਾਂਟ ਲੋਗੇ ਫਟਕਾਰ ਲੋਗੇ ਉਹਨੂੰ ਗੁਰੂ ਸਾਹਿਬ ਨੇ ਕਿਹਾ ਇਹਨੂੰ ਤੇ ਤੂੰ ਇੱਕ ਤਰ੍ਹਾਂ ਦੇ ਨਾਲ ਉਸ ਜਗ੍ਹਾ ਨਾਲ ਜੋੜ ਜਿੱਥੇ ਜਾ ਕੇ ਇਹਦਾ ਵਜੂਦ ਪਰਮ ਵਜੂਦ ਚ ਜਾ ਕੇ ਢਲ ਜਾਏ ਉਹਦੇ ਵਿੱਚ ਖੰਡਿਤ ਹੋ ਜਾਏ ਇੱਥੇ ਸਾਬ ਨੇ ਆ ਜਿਹੜਾ ਬਚਨ ਲਿਖਿਆ ਹੈ "ਕਿਆ ਮਾਨ ਕਰੂੰ ਤੁ ਦੀਉਪਰੇ ਮੇਰੇ ਪ੍ਰੀਤਮ ਪਿਆਰੇ" ਇੱਕ ਤਰ੍ਹਾਂ ਦੇ ਨਾਲ ਆਪਣੇ ਵੱਲ ਕਰਦਾਸ ਇੱਕ ਪ੍ਰਾਰਥਨਾ ਇੱਕ ਪ੍ਰੇਰਿਆ ਇਹ ਅਕਾਲ ਪੁਰਖ ਵਾਹਿਗੁਰੂ ਮੈਨੂੰ ਕਿਸੇ ਹੋਰ ਚੀਜ਼ ਦਾ ਆ ਆਸਰਾ ਹੈ ਕਿਸੇ ਹੋਰ ਚੀਜ਼ ਤੋਂ ਕੋਈ ਆ ਇੱਕ ਤਰ੍ਹਾਂ ਦੇ ਨਾਲ ਵਿਸ਼ਵਾਸ ਨਹੀਂ ਗਿਆ ਮੈਨੂੰ ਆਪਣੇ ਆਪ ਵਿੱਚ ਕੋਈ ਇੱਕ ਤਰ੍ਹਾਂ ਦੇ ਨਾਲ ਮਨਉਵਰ ਨਹੀਂ ਗਿਆ ਮੈਨੂੰ ਤੇਰੇ ਤੇ ਮਨਉਵਰ ਹੈ ਤੇ ਇਹ ਮਨ ਦੇ ਤੌਰ ਤੇ ਭਾਵਿਆ ਕਿਉਂਕਿ ਮਨ ਦੀ ਦੁਨੀਆ ਐਸੀ ਹੈ ਜਿਹੜਾ ਅੱਗੇ ਸ਼ਬਦ ਲਿਖਿਆ ਨਾ ਇਹਦੇ ਚ ਸਾਬ ਕਹਿੰਦੇ ਹਮ ਅਪਰਾਧੀ ਸਦ ਭੂਲਤੇ ਇਹ ਮਨ ਦੀ ਦੁਨੀਆ ਆ ਮਨ ਨੂੰ ਤੁਸੀਂ ਜਿੰਨਾ ਮਰਜੀ ਸਮਝਾ ਲਓ ਮੈਂ ਕਿਹਾ ਸਰੀਰ ਤੇ ਅਪਰਾਧੀ ਹੈ ਹੀ ਨਹੀਂਗਾ ਸਰੀਰ ਸਰੀਰ ਭੁੱਲਣ ਭੁੱਲਣ ਵਿੱਚ ਵੀ ਨਹੀਂਗਾ ਭੁੱਲਣ ਇਸ ਤੇ ਮਾਨੇ ਮਨ ਭੁੱਲਦਾ ਸਰੀਰ ਤ ਉਹ ਕੰਮ ਕਰਦਾ ਜਿੱਥੇ ਮਨ ਯਾਦ ਰੱਖੇਗਾ ਸਰੀਰ ਕਿਵੇਂ ਗਲਤ ਕੰਮ ਕਰ ਜਾਏਗਾ ਸਰੀਰ ਕਿਵੇਂ ਗਲਤ ਪਾਸੇ ਤੁਰ ਜਾਏਗਾ ਇਹਦੀ ਲਗਾਮ ਤੇ ਡਰਾਈਵ ਤੇ ਮਨ ਕਰ ਰਿਆ ਨਾ ਆਪੇ ਤਾਂ ਇਸ ਤਰ੍ਹਾਂ ਦੇਖੋ ਕਿ ਜਿਵੇਂ ਸਪੋਜ਼ ਆਪਾਂ ਵਹੀਕਲ ਡਰਾਈਵ ਕਰਦੇ ਆ ਤੇ ਜਦੋਂ ਟਿਕਟ ਮਿਲਦੀ ਹੈ ਡਰਾਈਵਰ ਨੂੰ ਮਿਲਦੀ ਹੈ ਵਹੀਕਲ ਨੂੰ ਨਹੀਂ ਮਿਲਦੀ ਉਹ ਵਹੀਕਲ ਦੇ ਦੋ ਪਹੀਏ ਨਹੀਂ ਖੋਲ ਕੇ ਲੈ ਜਾਂਦੇ ਫਿਰ ਇਹਦਾ ਕਸੂਰ ਹੈ ਭਾਈ ਇਹ ਸਪੀਡ ਤੇ ਚੱਲ ਰਿਹਾ ਸੀਗਾ ਉਹ ਕਹਿੰਦੇ ਨੋ 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 ਗਿਵ ਯੂ ਡਰਾਈਵਿੰਗ ਲਾਇਸੈਂਸ ਤੇ ਤੈਨੂੰ ਦਿੱਤਾ ਜਾਏਗਾ ਪਨਿਸ਼ ਤੈਨੂੰ ਕੀਤਾ ਜਾਏਗਾ ਆਖਰਕਾਰ ਵਹੀਕਲ ਨੂੰ ਤੂੰ ਹੀ ਜਿਹੜਾ ਹੈਗਾ ਗਲਤ ਡਾਇਰੈਕਸ਼ਨ ਚ ਲੈ ਕੇ ਜਾ ਰਿਹਾ ਤੂੰ ਹੀ ਇਸ ਨੂੰ ਸਿਗਨਲ ਕਰਾਸ ਕਰ ਰਿਹਾ ਤੂੰ ਹੀ ਸਪੀਡਿੰਗ ਕਰ ਰਿਹਾ ਹੈਗਾ ਐਗਜ਼ੈਕਟਲੀ ਜਿਹੜੀ ਇਹ ਮਨ ਦੀ ਦੁਨੀਆ ਆ ਇਹ ਲਗਾਤਾਰ ਪੀੜਾ वेदना ਸਿਰਜਦੀ ਸਾਡੇ ਵਾਸਤੇ ਸਭ ਕਹਿੰਦੇ ਸਪੀੜਾ वेदना ਸਿਰਜਣ ਵਾਲੇ ਮਨ ਨੂੰ ਆਪਾਂ ਕਰਤਾਰ ਦੇ ਨਾਲ ਜੋੜੀਏ ਤੇ ਕਰਤਾਰ ਨਾਲ ਵੀ ਐਵੇਂ ਜੋੜੀਏ ਕਿ हे ਮਾਲਕ ਤੂੰ ਮੇਰੇ ਅਪਰਾਧ ਨਾ ਵੇਖੀਂ ਮੇਰੀਆਂ ਖਾਮੀਆਂ ਨਾ ਵੇਖੀਂ ਮੈਨੂੰ ਤੇਰੇ ਤੇ ਮਾਨਿਆ ਤੂੰ ਇਸ ਮਨ ਨੂੰ ਡਕੇ ਡੋਲੇ ਖਾਂਦੇ ਨੂੰ ਮਾੜੇ ਪਾਸੇ ਜਾਂਦੇ ਨੂੰ ਹੋੜ ਲੇਗਾ ਮੋੜ ਲੇਗਾ ਸਹੀ ਪਾਸੇ ਲਗਾ ਲੇਗਾ ਇਸ ਕਿਸਮ ਦੀ ਅਰਦਾਸ ਇਸ ਕਿਸਮ ਦੀ ਮਿੰਨਤ ਆ ਹੁਣ ਇਸ ਤਰ੍ਹਾਂ ਜ ਲੈ ਲਓ ਮਲਟੀ ਡਾਈਮੈਂਸ਼ਨਲ ਸਿੱਖਿਆ ਬਾਣੀ ਦੀ ਇਸ ਨੂੰ ਜੀਵਨ ਦੇ ਨੂੰ ਅਮਲ ਵਾਲੇ ਪਾਸੇ ਲੈ ਕੇ ਆਈ ਹੈ ਆਪ ਦੇਖੋ ਸਾਡੇ ਸਮਾਜਾਂਤ ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਪਰਿਵਾਰਾਂ ਦੇ ਵਿੱਚ ਜਿਵੇਂ ਬੱਚੇ ਨੇ ਸਾਡੇ ਸਾਡੇ ਆਫਸਪ੍ਰਿੰਗਸ ਨੇ ਸਿਬਲਿੰਗਸ ਨੇ ਕਮੀਆਂ ਖਾਮੀਆਂ ਹੋਣ ਗਈਆਂ ਕਿਉਂਕਿ ਜਦੋਂ ਜੀਵਨ ਵਿੱਚ ਵਿਚਰਣਗੇ ਖਾਸ ਕਰਕੇ ਜਿਵੇਂ ਅਸੀਂ ਵੈਸਟਰਨਾਈਜ਼ਡ ਵਰਲਡ ਵਿੱਚ ਰਹ ਰਹੇ ਹਾਂਗੇ ਅਮਰੀਕਨਾਈਜ਼ਡ ਵਰਲਡ ਦੇ ਵਿੱਚ ਇੱਥੇ ਉਹ ਕੁਝ ਨਾ ਕੁਝ ਮਿਸਟੇਕਸ ਵਗੈਰਾ ਕਰਨ ਕੇ ਸਮਾਂ ਸਮੇ ਬਸ ਸਮਾਂ ਬਾ ਸਮਾਂ ਸਾਨੂੰ ਉਹਨਾਂ ਨੂੰ ਮੁਆਫ ਕਰਕੇ ਜਿਵੇਂ ਬਾਣੀ ਦਾ ਬਚਨ ਹੈ ਸਹੀ ਰਸਤੇ ਪਾਣਾ ਪਏਗਾ ਸਹੀ ਰਸਤੇ ਤੋਰਨਾ ਪਏਗਾ ਗੁਰੂ ਨੇ ਹੀ ਸਿਖਾਇਆ ਰੱਬ ਨੇ ਹੀ ਸਿਖਾਇਆ ਇਥੋਂ ਇਹ ਵੀ ਅਹਿਸਾਸ ਕਰੋ ਜੇ ਸਾਡੇ ਅੰਦਰ ਕਿਸੇ ਨੂੰ ਮੁਆਫ ਕਰਨ ਦੀ ਸਮਰੱਥਾ ਹੈ ਰੱਬ ਕੋਲੋਂ ਅਸੀਂ ਮੁਆਫ ਕਰਨ ਦੇ ਕਾਬਿਲ ਬਣ ਜਾਈਏ ਮਾਫੀ ਮੰਗਣ ਦੇ ਕਾਬਿਲ ਬਣ ਜਾਈਏ ਜੇ ਸਾਡੇ ਚੋ ਸਮਰੱਥਾ ਨਹੀਂ ਹੈ ਇਹਦੇ ਚ ਦੋ ਚੀਜ਼ਾਂ ਨੂੰ ਮੈਂ ਐਡ ਕਰਨੀ ਚਾਹਾਂਗਾ ਵਨ ਇਜ਼ ਫਰਗੀਵਨਸ ਸੈਕੰਡ ਇਜ਼ ਰਿਮੋਰਸਫੁਲਨੈਸ ਜਿਹਨੂੰ ਕੰਪੈਸ਼ਨ ਕਹਿੰਦੇ ਆ ਨਾ ਅਸੀਂ ਤਰਸ ਇਹਦੇ ਰੂਟਸ ਚ ਦੋ ਚੀਜ਼ਾਂ ਕੰਮ ਕਰਦੀਆਂ ਜਦੋਂ ਆਪਾਂ ਸੰਸਾਰ ਵਿੱਚ ਵਿਚਰਦੇ ਆ ਕੁਝ ਨਾ ਕੁਝ ਚੰਗਾ ਮਾੜਾ ਹੁੰਦਾ ਆ ਅੱਜਕੱਲ ਤੇ ਬਿਲਕੁਲ ਇਸ ਨੂੰ ਮੈਂਟਲ ਹੈਲਥ ਦੇ ਵਿੱਚ ਹਿਊਮਨ ਮਾਈਂਡ ਦੀ ਅੰਡਰਸਟੈਂਡਿੰਗ ਦੇ ਅੰਦਰ ਪੂਰੀ ਡਾਇਗਨੋਸਿਸ ਦੇ ਵਿੱਚ ਲਿਆਂਦਾ ਗਿਆ ਹੈ ਜਿਹਨੂੰ ਓਸੀਡੀ ਕਿਹਾ ਜਾਂਦਾ ਹੈ ਜਿਹੜਾ ਆਬਸੈਸਿਵ ਬਿਹੇਵੀਅਰ ਬੰਦੇ ਦਾ ਹੁੰਦਾ ਇੱਕ ਲੈਵਲ ਤੇ ਹੁਣ ਜਿਵੇਂ ਬਾਤ ਕੀਤੀ ਮੈਂ ਅਹਿੰਸਾ ਪਰਮ ਧਰਮੋ ਕੀੜੀ ਵੀ ਮਰ ਜੇ ਉਹਦੇ ਤੋਂ ਵੀ ਬਚਾ ਕੀਤਾ ਜਾਏ ਅੰਦਰ ਇੱਕ ਕੀੜਾ ਵੀ ਨਾ ਜਾਏ ਪਾਣੀ ਦਾ ਜਰਮ ਵੀ ਨਾ ਮਰੇ ਬੜਾ ਆਬਸੈਸਿਵ ਬੜਾ ਐਕਸਟ੍ਰੀਮ ਬਿਹੇਵੀਅਰ ਹੈ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀਵਨ ਪੜਦੇ ਆ ਮਤਲਬ ਇਹ ਕਿ ਇੱਕ ਐਸਾ ਜੀਵਨ ਜਿਹਦੇ ਵਿੱਚ ਬਚਪਨ ਤੋਂ ਹੀ ਤੀਰ ਕਮਾਨ ਚੱਕਿਆ ਮਤਲਬ ਵੈਪਨਸ ਹੈਂਡਲਿੰਗ ਸਿਖਾਈ ਗਈ ਆਮ ਕਰਕੇ ਦੂਸਰੀ ਜਿਹੜੀ ਜਿਹਨੂੰ ਕਹ ਲੋ ਇੱਕ ਫਾਰਮਲ ਸਟੱਡੀ ਤੇ ਕੋਈ ਵੀ ਨਹੀਂ ਹੋਈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਰਾਜਪੂਤਾਨੇ ਨਾਲ ਪਰਿਵਾਰ ਜੁੜਿਆ ਸੀਗਾ ਤੇ ਉਸੇ ਕਿਸਮ ਦਾ ਜੀਵਨ ਸੀਗਾ ਤੇ ਛੋਟੀ ਉਮਰ ਹੀ ਤੀਰ ਕਮਾਨ ਚਲਾਣਾ ਤੇ ਸ਼ਿਕਾਰ ਖੇਡਣਾ ਤੇ ਇਹ ਸਾਰੇ ਦੀ ਪ੍ਰਵਿਰਤੀ ਆ ਗਈ ਪਰ ਫਿਰ ਵੀ ਮਨੁੱਖੀ ਮਨ ਸੀਗਾ ਅੰਦਰ ਇੱਕ ਦਿਨ ਇੱਕ ਹਿਰਨੀ ਦਾ ਸ਼ਿਕਾਰ ਕਰਦਿਆਂ ਹੋਇਆ ਤੀਰ ਚਲਾ ਦਿੱਤਾ ਉਹ ਹਿਰਨੀ ਮਤਲਬ ਪ੍ਰੈਗਨੈਂਟ ਸੀਗੀ ਉਹ ਜਿਵੇਂ ਹੀ ਉਹ ਤੀਰ ਲੱਗਾ ਉਸ ਤੋਂ ਬਾਅਦ ਉਹਨੇ ਦੋ ਬੱਚਿਆਂ ਨੂੰ ਜਨਮ ਦੇ ਦਿੱਤਾ ਉਹ ਦੋ ਬੱਚੇ ਤੇ ਉਹ ਹਿਰਨੀ ਤਿੰਨੇ ਜਣੇ ਤੜਪ ਤੜਪ ਕੇ ਮਰ ਗਏ ਸਾਹਮਣੇ ਐਸਾ ਅੰਦਰ ਪ੍ਰਭਾਵ ਪਿਆ ਸਭ ਕੁਝ ਛੱਡਦਾ ਛੱਡ ਪਟ ਕੇ ਬਰਾਗੀ ਹੋ ਗਏ ਉਬਸਾਸੀ ਬਿਲਕੁਲ ਦੂਸਰੇ ਪਾਸੇ ਇੱਕਦਮ ਐਕਸਟ੍ਰੀਮਲੀ ਦੂਜਾ ਤਰ੍ਹਾਂ ਦਾ ਜਿਹੜਾ ਹੈਗਾ ਜੀਵਨ ਵਰਤਾਓ ਅਪਣਾ ਲਿਆ ਗਲਤੀਆਂ ਹੁੰਦੀਆਂ ਸਮਾਜ ਵਿੱਚ ਵੀ ਪਰਿਵਾਰ ਵਿੱਚ ਵੀ ਇੰਡੀਵਿਜੂਅਲਸ ਤੋਂ ਵੀ ਹੁਣ ਉਹਨਾਂ ਤੇ ਕੀ ਹੈ ਉਹਨਾਂ ਨੂੰ ਸਹੀ ਤਰੀਕੇ ਨਾਲ ਕੋਈ ਸਮਝਾਏ ਤੇ ਰਮੋਰਸਫੁਲ ਹੋਏ ਬੰਦਾ ਗਿਲਟ ਵਿੱਚ ਜੀਣਾ ਰਿਗ੍ਰੇਟ ਵਿੱਚ ਜੀਣਾ ਜੀਣਾ ਨਹੀਂਗਾ। ਯਾ ਕਿਸੇ ਨੂੰ ਗਿਲਟੀ ਫੀਲ ਕਰਾਉਣਾ ਕਿਸੇ ਨੂੰ ਰਿਗ੍ਰੇਟਿਵ ਫੀਲ ਕਰਾਈ ਜਾਣਾ ਨਾ। ਰਿਮੋਰਸ ਮਿਸਟੇਕ ਹੋਈ ਐਕਸੈਪਟ ਇਟ ਲਰਨ ਇਟ ਐਂਡ ਮੂਵ ਓਨ। ਆ ਰੂਪ ਜਿਹੜਾ ਆ। ਮਨ ਦੀ ਦੁਨੀਆ ਮਨ ਕਿਉਂ ਨਹੀਂ ਇੱਕ ਜਗ੍ਹਾ ਤੇ ਟਿਕਦਾ। ਕਿਉਂਕਿ ਮਨ ਨੂੰ ਜਦੋਂ ਗਲਤੀ ਦਿਸਦੀ ਮਨ ਆਪਣੇ ਮਿਲੂ ਛੋਟਾ ਮਹਿਸੂਸ ਕਰਦਾ। ਮਨ ਛੋਟਾ ਮਹਿਸੂਸ ਕਰਦਾ। ਮਨ ਉਥੋਂ ਦੂਰ ਭੱਜਦਾ ਉਹ ਦੂਸਰੀ ਜਗ੍ਹਾ ਤੇ ਜਾ ਕੇ ਆਪਣੇ ਆਪ ਨੂੰ ਲਾਉਂਦਾ ਉੱਥੇ ਕੋਈ ਗਲਤੀ ਹੁੰਦੀ ਫਿਰ ਤੀਸਰੀ ਜਗ੍ਹਾ ਫਿਰ ਚੌਥੀ ਜਗ੍ਹਾ ਇਸੇ ਤਰੀਕੇ ਦੇ ਨਾਲ ਮਨ ਜਿਹੜਾ ਹੈਗਾ ਇੱਕ ਮਾਈਂਡ ਵੌਂਡਰਿੰਗ ਵਿੱਚ ਚਲਾ ਜਾਂਦਾ ਬਾਬਾ ਜੀ ਕਹਿੰਦੇ ਉਹਦੇ ਨਾਲ ਜੁੜ ਜਿਹੜਾ ਮਾਫ਼ ਕਰਨ ਵਾਲਾ ਤੇ ਬੜਾ ਵੱਡਾ ਆ ਰਿਮੋਰਸਫੁਲ ਫੀਲ ਕਰ ਸੰਸਾਰ ਸਮਾਜ ਵਿੱਚ ਵਿਚਰਦਿਆਂ ਹੋਇਆਂ ਅਸੀਂ ਬਚਨ ਪੜਦੇ ਆਂ ਮਹਾਰਾਜ ਬਿਆਨ ਕਰਦੇ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਮਾਲਕ ਸਮੁੰਦਰਾਂ ਚ ਪਾਣੀ ਤੇ ਹੋ ਸਕਦਾ ਘੱਟ ਹੋਏ ਸਾਡੇ ਚ ਔਗਣ ਘੱਟ ਨਹੀਂ ਹੈਗੇ ਸਮੁੰਦਰਾਂ ਦੇ ਪਾਣੀ ਤੋਂ ਵੀ ਕਿਤੇ ਵੱਧ ਨੇ ਦਾਤਾ ਤੇਰੇ ਅੱਗੇ ਰਜੋਈ ਇਹ ਹੈ ਕਿ ਤੂੰ ਨਾ ਅਸੀਂ ਸ਼ਬਦ ਪੜ੍ਹਦੇ ਆ ਕਿ ਮਾਟੀ ਕਾ ਕਿਆ ਧੋਪੈ ਸੁਆਮੀ ਮਤਲਬ ਤੁਸੀਂ ਮਿੱਟੀ ਨੂੰ ਕੀ ਨਪੋੜ ਕੀ ਧੋਵੋਗੇ ਤੇ ਕੀ ਨਿਚੋੜੋਗੇ ਉਹਦੇ ਵਿੱਚ ਤੇ ਕੀ ਉਹਦੇ ਔਗਣ ਕੱਢੋਗੇ ਮਿੱਟੀ ਤੋਂ ਬਣਿਆ ਹੋਇਆ ਜੀਵਨ ਇਹ ਮਿੱਟੀ ਦੇ ਨਮਿੰਦੀ ਹੈ ਅਸੀਂ ਇਸ ਤੋਂ ਵੱਧ ਨਹੀਂ ਸੋਚ ਸਕਦੇ ਇਸ ਤੋਂ ਵੱਧ ਨਹੀਂ ਕਰ ਸਕਦੇ ਮਾਟੀ ਕੋ ਪੁੱਤਰਾ ਕੈਸੋ ਨੱਚਦਾ ਮਿੱਟੀ ਦਾ ਪਤਲਾ ਐਵੇਂ ਟੱਪਦਾ ਫਿਰਦਾ ਨੱਚਦਾ ਫਿਰਦਾ ਇਹਦੀ ਹਾਲਤ ਇਹ ਹੈ ਜਦ ਕਿਛ ਪਾਵੇ ਗਰਭ ਕਰਤ ਹੈ ਮਾਇਆ ਗਈ ਤੋ ਰੋਣ ਲੱਗਦਾ ਦੋ ਹੀ ਹਿਊਮਨ ਟੈਂਡੈਂਸੀ ਨੇ ਕੁਝ ਮਿਲ ਜਾਏ ਤੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਕੁਝ ਚਲਾ ਜਾਏ ਤੇ ਹੱਥ ਜਿਹੜੇ ਨੇ ਉਸ ਮਾਨ ਤੋਂ ਥੱਲੇ ਨੇ ਉਤਰਦੇ ਦੁਹਾਈ ਪਾਣ ਤੋਂ ਇਹ ਜੀਵਨ ਬੰਦਾ ਜੀਂਦਾ ਇਨਾ ਦੋਨਾਂ ਦੇ ਵਿੱਚੋਂ ਬਾਹਰ ਨਿਕਲਣ ਦਾ ਇੱਕੋ ਹੀ ਤਰੀਕਾ ਆਪਣੀ ਐਸੋਸੀਏਸ਼ਨ ਕਰਤਾਰ ਨਾਲ ਜੋੜ ਜੜਾ ਬੜਾ ਬੇਅੰਤੀ ਉਹਨੂੰ ਕਹ ਮਾਲਕ ਤੇਰੇ ਤੇ ਮਾਣ ਹੈ ਤੇਰੇ ਤੇ ਭਰੋਸਾ ਆ ਤੂੰ ਹੀ ਕਰਨ ਕਰਾਉਣ ਵਾਲਾ ਮੈਂ ਕੌਣ ਇਸ ਨੂੰ ਸਾਬ ਨੇ ਇਸ ਤਰ੍ਹਾਂ ਲਿਟਰਲੀ ਤੌਰ ਤੇ ਵੀ ਸਾਨੂੰ ਸਮਝਾਇਆ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ ਮਾਲਕ ਮੈਂ ਕੌਣ ਆ ਮੇਰੀ ਤੇ ਕੁਝ ਵੀ ਪਾਇਆ ਨਹੀਂਗੀ ਇਸ ਕਰਕੇ ਮਾਣ ਕਰੂੰ ਤੁਧ ਉਪਰੇ ਮੈਂ ਤੇਰੇ ਤੇ ਹੀ ਮਾਨ ਕਰਦਾ ਮੈਂ ਤੇਰੇ ਤੇ ਹੀ ਆਪਣੇ ਆਪ ਨੂੰ ਆਸ਼ਰਿਤ ਕਰਦਾ ਹਾਂ ਜਿਵੇਂ ਹੀ ਮਨ ਇਸ ਅਵਸਥਾ ਵਾਲੇ ਪਾਸੇ ਵਧੇਗਾ ਇਹ ਲਿਟਰਲੀ ਤੌਰ ਤੇ ਬਿਆਨ ਕੀਤਾ ਗਿਆ ਉਹਦੇ ਔਗਣਾਂ ਦੀ ਤਾਬ ਘਟੇਗੀ ਇੱਥੇ ਨਾ ਜਦੋਂ ਇੰਡਸਟਰੀਅਲਾਈਜੇਸ਼ਨ ਹੋਈ ਤੇ ਇੰਡਸਟਰੀਅਲਾਈਜੇਸ਼ਨ ਦੇ ਵਿੱਚ ਇੱਕ ਚੀਜ਼ ਆਈ ਕਿ ਸਭ ਤੋਂ ਵੱਧ ਇੰਡਸਟਰੀ ਜਿਹੜੀ ਵੱਡੀ ਇੰਡਸਟਰੀ ਖੜੀ ਹੋਈ ਉਹ ਹੋਈ ਸ਼ੂਗਰ ਕੇਨ ਦੀ ਗੰਨੇ ਦੀ ਕਿਉਂਕਿ ਦੁਨੀਆ ਭਰ ਦੇ ਵਿੱਚ ਕੋਈ ਵੀ ਮਨੁੱਖਾਂ ਦੁਨੀਆ 'ਚ ਦੇਖੋਗੇ ਮਿੱਠੇ ਦੇ ਆਲੇ-ਦੁਆਲੇ ਹੀ ਸਾਡੀ ਸਾਰੀ ਦੁਨੀਆ ਘੁੰਮਦੀ ਹੈ ਉਹਦਾ ਮਾੜੀ ਜੁ ਕੁ ਚੀਜ਼ ਕੋਈ ਖੁਸ਼ੀ ਹੋਏ ਕੋਈ ਤਿਉਹਾਰ ਹੋਏ ਕੋਈ ਚੀਜ਼ ਮਿੱਠੇ ਨਾਲ ਹੀ ਸੈਲੀਬ੍ਰੇਟਾ ਮਿੱਠਾ 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 ਤੇ ਇਹਦੀ ਕਮੀ ਵੀ ਰਹੀ ਸਮਾਜ ਵਿੱਚ ਮਿੱਠੇ ਦੀ ਵੱਡੇ ਲੈਵਲ ਤੇ ਫਿਰ ਇੱਕ ਵਕਤ ਆਇਆ ਜਦੋਂ ਇੰਡਸਟਰੀਅਲਾਈਜੇਸ਼ਨ ਹੋਈ ਤੇ ਇੰਡਸਟਰੀਅਲਾਈਜੇਸ਼ਨ ਦੇ ਨਾਲ ਵੱਡੇ ਲੈਵਲ ਤੇ ਮਿੱਠੇ ਦੀ ਜਿਹੜੀ ਹੈ ਉਹ ਪ੍ਰੋਡਕਸ਼ਨ ਹੋਣੀ ਸ਼ੁਰੂ ਹੋਈ ਤੁਸੀਂ ਹੋਰ ਦੇਖੋ ਜਿਹੜੇ ਸ਼ੁਰੂ ਦੇ ਵਿੱਚ ਸਲੇਵ ਵੀ ਲਿਆਂਦੇ ਗਏ ਖਾਸ ਕਰਕੇ ਜਾਂ ਕਲੋਨੀਅਲ ਪੀਰੀਅਡ ਜਦੋਂ ਸ਼ੁਰੂ ਹੁੰਦਾ ਹੈ ਕਲੋਨੀਇਜ਼ਮ ਸ਼ੁਰੂ ਹੁੰਦਾ ਹੈ ਉਹਦੇ ਵਿੱਚ ਵੀ ਪਹਿਲੀ ਖੰਡ ਦੀ ਲੋੜ ਨੂੰ ਮਿੱਠੇ ਦੀ ਲੋੜ ਨੂੰ ਪੂਰਾ ਕਰਨ ਵਾਸਤੇ ਕੀਤਾ ਗਿਆ ਇੰਡੀਆ ਤੋਂ ਬਕਾਇਦਾ ਤੌਰ ਤੇ ਸਲੇਵ ਜਿਹੜੇ ਨੇ ਉਹ ਕਰੇਬੀਅਨਸ ਏਰੀਆ ਚ ਲਿਆਂਦੇ ਗਏ ਫਿਜ਼ੀ ਵਿੱਚ ਲਿਆਂਦੇ ਗਏ ਗੰਨੇ ਦੀ ਖੇਤੀ ਵਾਸਤੇ ਇਹ ਸਾਰੇ ਰੂਪ ਦੇ ਅੰਦਰ ਜਿਵੇਂ ਹੀ ਗੰਨੇ ਦੀ ਨਾਲ 슈ਗਰ ਇੰਡਸਟਰੀ ਵਧੀ ਤੇ ਗੰਨੇ ਦਾ ਇੱਕ ਮਤਲਬ ਵੇਸਟ ਪ੍ਰੋਡਕਟ ਕਹਿ ਲਓ ਸੀਰਾ ਉਹ ਬੇਤਹਾਸ਼ਾ ਸੀਗਾ ਇੰਨੀ ਗੰਨੇ ਦੀ ਪ੍ਰੋਡਕਸ਼ਨ 슈ਗਰ ਦੀ ਪ੍ਰੋਡਕਸ਼ਨ ਦੇ ਨਾਲ ਹੁਣ ਉਹ ਸੀਰੇ ਦਾ ਕੀ ਕੀਤਾ ਜਾਏ ਉਹਦੇ ਵਾਸਤੇ ਫਿਰ ਇਨੋਵੇਟਿਵ ਵੇਦ ਨਾਲ ਆਈਡੀਆ ਲਿਆਂਦਾ ਗਿਆ ਕਿ ਇਹਦੇ ਚੋਂ ਵੀ ਕੁਝ ਕਰ ਲਿਆ ਜਾਏ ਉਸ ਫਿਰ ਸੀਰੇ ਦੀ ਡਿਸਟਿਲਰੀ ਹੋਈ ਤੇ ਉਹਦੇ ਵਿੱਚੋਂ ਸ਼ਰਾਬ ਨਿਕਲੀ ਜਦੋਂ ਸ਼ਰਾਬ ਨਿਕਲੀ ਤੇ ਫਿਰ ਵੱਡੇ ਲੈਵਲ ਤੇ ਲੱਗਦਾ ਇਹ ਹੈ ਖਾਸ ਕਰਕੇ ਯੂਰੋਪੀਅਨ ਜਿਵੇਂ ਬ੍ਰਿਟਿਸ਼ ਜਾਂ ਹੋਰ ਪੁਰਤਗੀਜ਼ ਕਹਿ ਲਓ ਫ੍ਰੈਂਚਸਿਸ ਕਹਿ ਲਓ ਇਹਨਾਂ ਨੇ ਸ਼ਰਾਬ ਨੂੰ ਰੈਗੂਲੇਟ ਕੀਤਾ ਰੈਗੂਲੇਟ ਨਹੀਂ ਕੀਤਾ ਐਕਚੁਅਲੀ ਨੇ इजीली ਅਵੇਲੇਬਲ ਕਰਾਇਆ ਸਮਾਜ ਲਈ ਜਗਾ ਜਗਾ ਸ਼ੋਪਾਂ ਖੋਲਤੀਆਂ ਇਸ ਰੂਪ ਦੇ ਵਿੱਚ ਤੇ ਵੱਡੇ ਲੈਵਲ ਤੇ ਜਿਵੇਂ ਯੂਰਪੀ ਤੇ ਇਹ ਮਾਫੀ ਮੰਗਾਗਾ ਇਸ ਰੂਪ ਦੇ ਵਿੱਚ ਵੀ ਜਿਹਨੂੰ ਅਸੀਂ ਸਰਮਾਇਦਾਰੀ ਕਹਿੰਦੇ ਆ ਨਾ ਜਦੋਂ ਬੰਦੇ ਨੂੰ ਇਹ ਮਾਇਆ ਧਾਰੀ ਅਤ ਅੰਨਾ ਬੋਲਾ ਬਣ ਕੇ ਸੁਣਦੇ ਆ ਉਹਨਾ ਆਪਣੇ ਪਰਿਵਾਰ ਦਾ ਨਾ ਆਪਣੇ ਸਮਾਜ ਦਾ ਕਿਸੇ ਦਾ ਵੀ ਨਹੀਂ ਬ੍ਰਿਟਿਸ਼ ਨੇ ਜਿੱਥੇ ਕਲੋਨੀਅਲ ਸਿਸਟਮ ਐਡਾਪਟ ਕਰਕੇ ਤੇ ਸਰਮਾਇਅਦਾਰੀ ਕ੍ਰੀਏਟ ਕੀਤੀ ਸਾਰੀ ਤੇ ਇਹਦਾ ਮਤਲਬ ਇਹ ਨਹੀਂ ਕੋ ਆਪਣੇ ਲੋਕਾਂ ਦਾ ਜਿਆਦਾ ਭਲਾ ਸੋਚਦੇ ਸੀ ਸਭ ਤੋਂ ਵੱਧ ਦੁਕਾਨਾਂ ਇੰਗਲੈਂਡ ਚ ਖੁੱਲੀਆਂ ਸ਼ਰਾਬ ਦੀਆਂ ਸ਼ਰਾਬ ਦੀ ਇਸ ਲੈਵਲ ਤੇ ਈਵਨ ਜਿਹੜਾ ਪੱਬ ਕਲਚਰ ਹੈ ਇਹ ਉਸ ਤੋਂ ਬਾਅਦ ਹੀ ਵੱਡੇ ਲੈਵਲ ਤੇ ਪ੍ਰਮੋਟ ਹੁੰਦਾ ਉਹਤੇ ਹੁਣ ਉਥੇ ਹੁੰਦਾ ਕਿ ਕਿ ਜਗ੍ਹਾ ਜਗ੍ਹਾ ਤੇ ਸ਼ਰਾਬਖਾਨੇ ਖੁੱਲ ਗਏ ਸ਼ਰਾਬਖਾਨੇ ਖੁੱਲਣ ਦੇ ਨਾਲ ਲੋਕਾਂ ਦੇ ਘਰਾਂ ਦੇ ਚ ਸ਼ਰਾਬ ਦੀ ਇੰਤਹਾ ਹੋ ਗਈ ਹੁਣ ਆ ਗਵਰਨਮੈਂਟ ਨੂੰ ਰੈਵਨਿਊ ਜਨਰੇਟ ਹੋਣਾ ਸ਼ੁਰੂ ਹੋ ਗਿਆ ਸ਼ਰਾਬ ਤੋਂ ਆ ਜਿਹੜੇ ਇਨਵੈਸਟਰਸ ਸੀਗੇ ਇੰਡਸਟਰੀ ਦੇ ਅੰਦਰ ਉਹਨਾਂ ਨੂੰ ਵੈਸੇ ਪੈਸਾ ਮਿਲ ਗਿਆ ਤੇ ਆਮ ਲੋਕਾਂ ਨੂੰ ਕੌਣ ਪੁੱਛੇਗਾ ਜੀ ਜਿੰਨਾ ਪਰਿਵਾਰਾਂ ਦੇ ਵਿੱਚ ਸ਼ਰਾਬ ਪੀ ਕੇ ਲੋਕੀ ਮਰ ਰਹੇ ਨੇ ਜਿੰਨਾ ਸ਼ਰਾਬ ਪੀ ਕੇ ਬਿਮਾਰ ਹੋ ਰਹੇ ਨੇ ਸ਼ਰਾਬ ਪੀ ਕੇ ਡੋਮੈਸਟਿਕ এনवायरमेंट ਖਰਾਬ ਹੋ ਰਿਹਾ ਉੱਥੇ ਫਿਰ ਇਹਨਾਂ ਦੀ ਜਿਹੜੀ ਧਾਰਮਿਕ ਸਸਥਾયા ਚਰਚ ਹਾਲਾਂਕਿ ਚਰਚ ਦਾ ਜਿਹੜਾ ਮੈਂ ਰੋਲ ਸੀਗਾ ਪੂਜਾ ਆਰਚਨਾ ਕਰਨਾ ਦੂਜਾ ਤੀਜਾ ਵੈਟਿਕਨ ਵਾਲੇ ਪਾਸਿਓਂ ਜਾਂ ਚਰਚ ਦੇ ਆਪਣੇ ਪੂਰੇ ਦੇ ਪੂਰੇ ਕਾਰਡੀਅਲ ਵਾਲੇ ਪਾਸਿਓਂ ਉਧਰੋਂ ਕੋਈ ਵੱਡੀ ਐਫਰਟ ਨਹੀਂ ਪਈ ਕੁਝ ਇੰਡੀਵਿਜੂਅਲਸ ਨੇ ਜਿਹੜੇ ਇੱਕ ਫੇਥ ਸੀਗਾ ਜਿਨ੍ਹਾਂ ਦਾ ਰੱਬ ਦੇ ਚ ਗॉड ਦੇ ਚ ਕਹਿ ਲੋ ਉਸ ਰੂਪ ਦੇ ਚ ਉਹਨਾਂ ਨੇ ਐਫਰਟ ਪਾ ਕੇ ਇੱਕ ਮੂਵਮੈਂਟ ਚਲਾਈ ਉਹਨੂੰ ਕਹਿੰਦੇ ਨੇ ਅਲਕੋਹਲ ਐਨੋਨਿਮਸ ਏਏ ਇਹਨੂੰ ਰਾਬ ਮੰਦੇ ਨਾਲੋਂ ਇਹਨਾਂ ਮੁਲਖਾਂ ਦੇ ਵਿੱਚ ਸਭ ਤੋਂ ਵੱਧ ਨਸ਼ੇ ਛਡਾਉਣ ਦੇ ਵਿੱਚ ਉਹਨਾਂ ਦੀ ਮਤਲਬ ਵੱਡੇ ਲੈਵਲ ਤੇ ਰੋਲ ਮੰਨਿਆ ਜਾਂਦਾ ਹੈ। ਉਹਨਾਂ ਨੇ ਫਿਰ ਨਾ ਇੱਕ 12 ਸਟੈਪ ਪ੍ਰੋਗਰਾਮ ਸ਼ੁਰੂ ਸ਼ੁਰੂ ਕੀਤਾ। ਤੁਸੀਂ ਉਹ ਸਾਰੇ ਪ੍ਰੋਗਰਾਮ ਨੂੰ ਪੜੋ ਤੁਹਾਨੂੰ ਇਹ ਲੱਗੇਗਾ ਜਿਵੇਂ ਬੈਕ ਡੋਰ ਤੋਂ ਸਿੱਖੀ ਦੀ ਐਕਸਰਸਾਈਜ਼ ਦੀ ਗੱਲ ਹੋ ਰਹੀ ਸਾਰੀ ਉਹਦੇ ਵਿੱਚ। ਉਹਦੇ ਵਿੱਚ ਇੱਕ ਚੀਜ਼ ਹੁੰਦੀ ਹੈ। ਉਹਦੇ ਚੋ ਇੱਕ ਚੀਜ਼ ਸਮਝਾਉਂਦੇ ਕਿ ਨਾ ਤੁਸੀਂ ਆਪਣੇ ਆਪ ਨੂੰ ਇੱਕ ਸੁਪੀਰੀਅਰ ਪਾਵਰ ਦੇ ਸਾਹਮਣੇ ਸਰੈਂਡਰ ਕਰ ਦਿਓ। ਕਿਉਂਕਿ ਜੇ ਤੇ ਤੁਹਾਡੇ ਤੋਂ ਆਪਣਾ ਆਪਾ ਸੰਭਲਦਾ ਹੁੰਦਾ ਤੇ ਤੁਸੀਂ ਸੰਭਾਲ ਲੈਣਾ ਸੀ ਹੁਣ ਤੱਕ ਜੇ ਤੁਹਾਡੇ ਤੋਂ ਆਪਣਾ ਆਪਾ ਅਜੇ ਤੱਕ ਨਹੀਂ ਸੰਭਲਿਆ ਤੇ ਫਿਰ ਹੁਣ ਇਹ ਹੈ ਹੁਣ ਕਿਸੇ ਸੰਭਾਲਣ ਵਾਲੇ ਨੂੰ ਦੇ ਦਿਓ ਉਹ ਸੰਭਾਲਣ ਵਾਲਾ ਕੌਣ ਹੈ ਜੀ ਉਹ ਤੁਹਾਡੇ ਤੋਂ ਸੁਪੀਰੀਅਰ ਆ ਉਹ ਫਿਰ ਰੱਬ ਦੀ ਗੱਲ ਹੁੰਦੀ ਉਹ ਗੋਡ ਦੀ ਗੱਲ ਹੁੰਦੀ ਗੁਰੂ ਸਾਹਿਬ ਨੇ ਸੈਂਕੜੇ ਵਰੇ ਪਹਿਲਾਂ ਜਿਹੜੀ ਰੋਹਾਨੀਅਤ ਸਾਨੂੰ ਸਿਖਾਈ ਹੈ ਉਹ ਬਿਲਕੁਲ ਤੇ ਇਹ ਮੈਂ ਇਹ ਵੀ ਇਸ ਗੱਲ ਕਹਿਣ ਦੇ ਵਿੱਚ ਕੋਈ ਪਰਹੇਜ਼ਗਾਰ ਨਹੀਂ ਹੋਵਾਂਗਾ ਮੈਨੂੰ ਨਹੀਂ ਪਤਾ ਉਹਨਾਂ ਨੂੰ ਸਿੱਖ ਜਮਦਕਸ ਉਸ ਵਕਤ ਤੱਕ ਉਹਨਾਂ ਨੇ ਐਕਸਪਲੋਰ ਕੀਤਾ ਸੀ ਕਿ ਨਹੀਂ ਕੀਤਾ ਉਹਨਾਂ ਨੂੰ ਭਗਤਾਂ ਤੇ ਗੁਰੂਆਂ ਸਾਹਿਬ ਗੁਰੂ ਸਾਹਿਬ ਦੀ ਬਾਣੀ ਦਾ ਇਹ ਕੋਈ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਕੋਈ ਉਹਨਾਂ ਨੇ ਉਹਨਾਂ ਦੇ ਰੂਪ ਦੇ ਵਿੱਚ ਕੁਝ ਸੰਦੇਸ਼ ਪੜ੍ਹਿਆ ਸੁਣਿਆ ਸੀ ਕਿ ਨਹੀਂ ਸੁਣਿਆ ਪਰ ਬਿਲਕੁਲ ਉਹਦੇ ਪੈਰਲਰ ਆ ਰਹੇ ਹੋ ਜਿਹੜਾ ਅੱਜ ਲਿਖਿਆ ਨਾ ਮਾਨ ਕਰੂੰ ਤੁਧਿ ਉਪਰੇ ਮੇਰੇ ਪ੍ਰੀਤਮ ਪਿਆਰੇ ਹੇ ਮੁਜ ਅਦਨੇ ਦੀ ਸਭ ਤੋਂ ਵੱਡੇ ਪਿਆਰ ਦੇ ਸੋਮੇ ਰੱਬ ਜੀ ਮੈਨੂੰ ਤੇਰੇ ਤੇ ਮਾਣ ਹੈ ਤੇ ਤੇਰੇ ਤੇ ਮਾਣ ਇੰਨਾ ਆ ਕਿ ਜਦੋਂ ਮੈਂ ਤੇਰੀ ਸ਼ਰਨ ਚਲਾ ਗਿਆ ਤੂੰ ਮੈਨੂੰ ਡਿੱਗਣ ਡੋਲਣ ਨਹੀਂ ਦਏਗਾ ਤੂੰ ਮੈਨੂੰ ਕਿਸੇ ਕਮਜ਼ੋਰੀ ਦੇ ਸਾਹਮਣੇ ਝੁਕਣ ਨਹੀਂ ਦਏਗਾ ਬੰਦੇ ਦਾ ਸੈਲਫ ਕੌਨਫੀਡੈਂਸ ਬੂਸਟ ਹੋ ਜਾਂਦਾ ਇੱਕ ਤੇ ਹੁੰਦਾ ਹੈ ਬੰਦਾ ਆਪਣੀ ਈਗੋ ਨੂੰ ਬੂਸਟ ਕਰ ਲੇ ਜਦੋਂ ਈਗੋ ਬੂਸਟ ਕਰ ਲੇ ਫਿਰ ਮੈਂ ਕਰਨ ਵਾਲਾ ਤੇ ਮੇਰੀ ਤੇ ਬੜੀ ਅਲਾਮਤ ਹੈ ਮੈਂ ਤੇ ਫਿਰ ਦੂਜਿਆਂ ਨੂੰ ਨੀਵਾ ਵਿਖਾਵਾਂਗਾ ਜਦੋਂ ਮੇਰਾ ਜੁੜਨਾ ਕਰਤਾਰ ਨਾਲ ਹੋ ਗਿਆ ਤੇ ਕਰਤਾਰ ਕਰਤਾਰ ਤੇ ਕਰਨ ਹਾਰਿਆ ਤੇ ਉਹਦੇ ਨਾਲ ਜੁੜ ਕੇ ਮੈਂ ਮੈਂ ਤੇ ਰਿਆ ਹੀ ਨਹੀਂਗਾ ਇਸ ਕਰਕੇ ਮੈਨੂੰ ਉਹਦੇ ਤੇ ਭਰੋਸਾ ਤੇ ਉਹ ਕਰਨ ਕਰਾਉਣ ਵਾਲਾ ਮੈਂ ਉਹਦੇ ਹੁਕਮ ਦਾ ਹੁਕਮੀ ਬੰਦਾ ਹੋ ਗਿਆ ਇੱਥੇ ਮੇਰੀ ਈਗੋ ਨਾ ਰਹਿ ਗਈ ਬਲਕਿ ਮੈਨੂੰ ਵਡਿਆਈ ਦੇਣ ਵਾਲਾ ਕਰਤਾਰ ਉਹ ਵੱਡਾ ਸੋਰਸ ਮੇਰੇ ਵਾਸਤੇ ਵਾਹਿਗੁਰੂ ਜੀ ਪੂਜਨੀਕ ਹੈ ਤੇ ਮੈਂ ਹਰ ਗੱਲ ਦੇ ਵਿੱਚ ਇਹੀ ਕਹਿਣਾ ਭਾਈ ਵਾਹਿਗੁਰੂ ਦਾ ਬਖਸ਼ਿਸ਼ ਹੈ ਉਹਦੀ ਨਵਾਜਿਸ਼ ਹੈ ਇੱਥੇ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ ਮੁਜ ਅਦਨੇ ਦਾ ਸੁਧਾਰ ਵੀ ਹੋ ਗਿਆ ਮੈਨੂੰ ਹੰਬਲਨੈਸ ਹਲੀਮੀ ਨਿਮਰਤਾ ਦੀ ਜਾਚ ਹੋਈ ਆ ਗਈ ਆ ਸ਼ਬਦ ਸਾਰਾ ਇਹ ਦੇਤੇ ਆ ਬਾਬਾ ਜੀ ਇਹ ਬਿਆਨ ਕਰਦੇ ਮਾਨ ਕਰੂੰ ਤਉ ਦਯਉ ਪ੍ਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਸਦ ਭੂਲਤੇ ਅੰਗਰੇਜ਼ੀ ਦਾ ਵਰਡ ਹੈਗਾ ਆ ਜਿਹਨੂੰ ਅਸੀਂ ਪਾਪ ਦੀ ਜਦੋਂ ਟ੍ਰਾਂਸਲੇਸ਼ਨ ਪੜ੍ਹਦੇ ਆ ਉਹ ਆ ਗਿਆ ਸਿਨ ਸਿਨ ਟ੍ਰਾਂਸਲੇਸ਼ਨ ਹੁੰਦੀ ਹੈ ਜਦੋਂ ਤੁਸੀਂ ਇਹਦੇ ਪਿਛੋਕੜੇ ਜਾਓਗੇ ਇਹਦਾ ਪਿਛੋਕੜ ਮਿਲੇਗਾ ਹੀਬਰੂ ਵਿੱਚ ਉਦੇ ਚ ਜਿਹੜਾ ਜਿਹੜਾ ਦਾ ਰੂਟ ਵਰਡ ਆ ਉਹਦਾ ਮਤਲਬ ਹੁੰਦਾ ਭੁੱਲ ਜਾਣਾ ਮਤਲਬ ਪਾਪ ਉਦੋਂ ਹੀ ਹੁੰਦਾ ਜਦੋਂ ਬੰਦਾ ਭੁੱਲ ਜਾਂਦਾ ਜੋ ਨਹੀਂ ਕਰਨ ਯੋਗ ਜੋ ਕਰਨਾ ਨਹੀਂ ਚਾਹੀਦਾ ਉਹ ਹੋ ਗਿਆ ਕਿਉਂ ਕਿਉਂਕਿ ਭੁੱਲ ਗਿਆ ਆਪ ਕਦੀ ਦੇਖੋ ਮੈਂ ਕਈ ਵਾਰ ਬੇਨਤੀ ਕਰਦਾ ਜਦੋਂ ਕਿਤੇ ਆਪ ਸਹੀ ਤਰੀਕੇ ਨਾਲ ਡਰਾਈਵ ਕਰੋ ਮਾਲਕ ਕਰੇ ਹਰ ਵਕਤ ਜਿਹੜਾ ਹੈਗਾ ਹਰ ਸਫਰ ਕਰਨ ਵਾਲਾ ਬੰਦਾ ਕਰੋ ਸੇਫ ਤੁਰੇ ਤੇ ਸੇਫ ਕਰ ਪਹੁੰਚੇ ਪਰ ਜੇ ਕਿਤੇ ਕਤੇ ਕੋਈ ਪੁਲਿਸ ਆਫੀਸਰ ਕਿਸੇ ਨੂੰ ਖੜਾ ਕਰਕੇ ਟਿਕਟ ਦੇ ਤੁਸ ਨੂੰ ਕਿ ਧਿਆਨ ਨਾਲ ਪੜ੍ਹਿਆ ਜਾਏ ਜਦੋਂ ਉਹ ਆ ਉਸ ਨੂੰ ਸਾਰਿਆਂ ਨੂੰ ਬਣਾਉਂਦੇ ਨੇ অলমোਸਟਲੀ ਲਿਖਦੇ ਨੇ ਨੋਟ ਓਬੇਇੰਗ ਦ ਸਪੀਡ ਸਾਈਨ ਨੋਟ ਓਬੇਇੰਗ ਆ ట్రాਫਿਕ ਸਿਗਨਲ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਇਹਦਾ ਮਤਲਬ ਇਹ ਹੈ ਇਹ ਭੁੱਲ ਗਿਆ ਇਸ ਨੇ ਉਸ ਨੂੰ ਓਬੇ ਨਹੀਂ ਕੀਤਾ ਇਹ ਉਸ ਨੂੰ ਜਿਹੜਾ ਹੈਗਾ ਉਸ ਲੈਵਲ ਤੇ ਇਸ ਨੇ ਇਹ ਭੁੱਲ ਕੀਤੀ ਹੈ ਭੋਲੀ ਪਾਪ ਹੈ ਇਹੀ ਅਪਰਾਧ ਹੈ ਮਹਾਰਾਜ ਜਿਹੜਾ ਬਿਆਨ ਕਰਦੇ ਨਾ ਹਮ ਅਪਰਾਧੀ ਸਦ ਭੁੱਲ ਤੇ ਅਪਰਾਧ ਹੁੰਦਾ ਹੀ ਭੁੱਲ ਕੇ ਆ ਜਿਵੇਂ ਮੈਂ ਭੁੱਲਿਆ ਨਹੀਂ ਤੇ ਮੈਂ ਉਸ ਡਾਇਰੈਕਸ਼ਨੇ ਚਲਾ ਗਿਆ ਜਦੋਂ ਤੂੰ ਮੇਰੇ ਅੰਗ ਸੰਗ ਹੈ ਤੂੰ ਮੈਨੂੰ ਯਾਦ ਕਰਾ ਰਿਆ ਕੰਸਿਸਟੈਂਟਲੀ ਤੂੰ ਮੇਰੀ ਸੁਰਤ ਚ ਬੋਲਦਾ ਤੂੰ ਮੇਰੀ ਬਾਹ ਫੜਨ ਵਾਲਾ ਹੈ ਜਿਹਨੂੰ ਸਾਹਿਬ ਨੇ ਕਿਹਾ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉਂ ਚੱਲ ਲੈ ਗੁਰੂ ਚਾਲੀ ਸਤਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ ਜਦੋਂ ਤੂੰ ਆਪਣਾ ਪੱਲਾ ਫੜਾ ਦਿੱਤਾ ਤੂੰ ਬਾਹ ਫੜ ਲਈ ਸਾਡੀ ਹੁਣ ਹੁਣ ਭੁੱਲਣ ਦੀ ਗੁੰਜਾਇਸ਼ ਨਹੀਂ ਰਹਿ ਗਈ ਇਸ ਕਰਕੇ ਅਪਰਾਧ ਦੀ ਗੁੰਜਾਇਸ਼ ਘਟ ਗਈ ਮਾਲਕ ਹਾਂ ਤੇ ਮੈਂ ਅਪਰਾਧੀ ਪਰ ਮੈਂ ਤੇਰੇ ਨਾਲ ਜੁੜ ਗਿਆ ਤੇ ਤੂੰ ਤੂੰ ਹੁਣ ਮੈਨੂੰ ਅਪਰਾਧਾਂ ਤੇ ਪਾਪਾਂ ਤੋਂ ਬਚਾਏਂਗਾ ਹਮ ਅਪਰਾਧੀ ਸਦ ਭੂਲੇ ਤੇ ਤੁਮ ਬਖਸ਼ਣ ਹਾਰੇ ਤੇ ਤੂੰ ਬਖਸ਼ ਕਰ ਦੇਣਾ ਭਾਵ ਤੂੰ ਫੋਰਗਿਵ ਵੀ ਕਰ ਦੇਣਾ ਇੱਥੇ ਇੱਕ ਮਾਫ਼ ਕਰਨ ਵਾਲਾ ਵੱਡੇ ਸੁਭਾਅ ਦੀ ਗੱਲ ਹੋ ਰਹੀ ਹੈ ਤੇ ਮੈਂ ਸਾਰੇ ਦੀ ਬੇਨਤੀ ਕਰਾਂਗਾ ਇਹਦਾ ਸਾਰੇ ਦਾ ਲੱਬੋ ਲਬਾਬ ਇਹ ਹੈ ਕਨਕਲੂਜਨ ਕਹਿ ਲਓ ਕਿ ਇਹ ਚੀਜ਼ ਸਾਡੇ ਜੀਵਨ ਦੇ ਅਮਲ ਵਿੱਚੋਂ ਰਿਫਲੈਕਟ ਹੋਏ ਜਦੋਂ ਅਸੀਂ ਆਪ ਆਲੇ ਦੁਆਲੇ ਵਿੱਚ ਇੱਕ ਰਿਮੋਰਸਫੁਲਨੈਸ ਦਾ ਇੱਕ ਫਰਗੀਵਨੈਸ ਦਾ ਉਸ ਟ੍ਰੇਟ ਦੀ ਐਕਸਰਸਾਈਜ਼ ਕਰਾਂਗੇ ਦੈਨ ਡੈਫੀਨਿਟਲੀ ਆਲ ਮਾਈਟ ਇਸ ਗੋਣਾ ਸ਼ੋ ਮਰਸੀ ਓਨਸ ਇਹ ਰੂਪ ਇਹ ਅਗਲਾ ਸਾਰਾ ਸ਼ਬਦ ਇਹਦੀ ਫਰਦਰ ਐਕਸਟੈਂਸ਼ਨ ਕਰਦਾ ਹੈ ਜ ਜਦੀ ਵਿਵੇਚਨਾ ਹੁੰਦੇ ਸਮੇਂ ਚ ਕਰਾਂਗੇ ਅੱਜ ਵਾਸਤੇ ਇੱਥੇ ਸਮਾਪਤੀ ਕੋ ਲਾ ਗਲਤੀਆਂ ਨਾ ਚਤਾਰੇ ਹੋ ਜੇ ਕਿਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਪਾਈ ਦੀ ਸਫਲਤਾ ਤੇ ਚੜ੍ਹਦੀ ਕਲਾ ਤੇ ਅਰਦਾਸ ਦੇ ਨਾਲ ਹੀ ਅਸੀਂ ਕਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ